ਅੱਜ ਇਸ ਵੀਡੀਓ ਵਿੱਚ ਅਸੀਂ ਸਿੱਖਾਂਗੇ ਕਿ ਪੈਨ ਡਰਾਈਵ ਨੂੰ ਬੂਟੇਬਲ ਵਿੰਡੋਜ਼ ਸੈਟਅਪ ਫਾਈਲਸ ਨਾਲ ਕਿੱਦਾਂ ਬਣਾਈਦਾ ਹੈ। ਆਪਾਂ ਇਸ ਲਈ ਰੂਫਸ ਯੂਟੀਲਿਟੀ ਨੂੰ ਯੂਜ਼ ਕਰਾਂਗੇ। ਛੋਟਾ ਜਿਹਾ ਪ੍ਰੋਗਰਾਮ ਹੈ ਜਿਹੜਾ ਆਪਾਂ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਹਾਂ, ਉਹਨੂੰ ਚਲਾ ਕੇ ਅਸੀਂ ਆਪਣੀ ਪੈਨ ਡਰਾਈਵ ਨੂੰ ਬੂਟੇਬਲ ਬਣਾਵਾਂਗੇ ਵਿੰਡੋਜ਼ ਦੀਆਂ ਸੈਟਅਪ ਫਾਈਲਸ ਨਾਲ, ਤਾਂ ਕਿ ਉਸ ਪੈਨ ਡਰਾਈਵ ਤੋਂ ਅਸੀਂ ਆਪਣੇ ਕੰਪਿਊਟਰ 'ਤੇ ਵਿੰਡੋਜ਼ ਨੂੰ ਇੰਸਟਾਲ ਕਰ ਸਕੀਏ। ਇਹਦੇ ਲਈ ਆਪਾਂ ਵਿੰਡੋਜ਼ ਸਰਵਰ 2008 ਆਟੋ ਸਟੈਂਡਰਡ ਐਡੀਸ਼ਨ ਇਵੈਲੂਏਸ਼ਨ ਵਰਜ਼ਨ ਯੂਜ਼ ਕਰਾਂਗੇ। ਮੈਂ ਇੰਟਰਨੈਟ ਤੋਂ ਮਾਈਕਰੋਸਾਫਟ ਦੀ ਵੈਬਸਾਈਟ ਤੋਂ 180 ਦਿਨਾਂ ਦਾ ਟ੍ਰਾਇਲ ਵਰਜ਼ਨ ਡਾਊਨਲੋਡ ਕਰ ਲਿਆ ਅਤੇ ਉਹ ਇੰਸਟਾਲ ਕਰਾਂਗੇ। ਉਹ 'ਤੇ ਹੀ ਸਾਰੀ ਇਹ ਵੀਡੀਓ ਆਪਾਂ ਜਿਹੜੀ ਹੈਗੀ ਆ ਬਣਾਵਾਂਗੇ। ਫਿਰ ਆਪਾਂ ਉਸ ਵਰਜ਼ਨ ਨੂੰ ਇੰਟਰਨੈਟ ਯੂਜ਼ ਕਰਕੇ ਐਕਟੀਵੇਟ ਵੀ ਕਰਾਂਗੇ। ਜਦੋਂ ਅਸੀਂ ਵਿੰਡੋਜ਼ ਦਾ ਸੈਟਅਪ ਰਨ ਕਰਾਂਗੇ ਤਾਂ ਅਸੀਂ ਹਾਰਡ ਡਿਸਕ ਦੀਆਂ ਜਿਹੜੀਆਂ ਪਾਰਟੀਸ਼ਨਸ ਆਲਰੇਡੀ ਬਣੀਆਂ ਹੋਈਆਂ ਉਹਨਾਂ ਨੂੰ ਡਿਲੀਟ ਕਰਾਂਗੇ, ਨਵੀਆਂ ਪਾਰਟੀਸ਼ਨਸ ਬਣਾਵਾਂਗੇ ਅਤੇ ਕਿਹੜੀ ਪਾਰਟੀਸ਼ਨ 'ਤੇ ਵਿੰਡੋ ਇੰਸਟਾਲ ਕਰਨੀ ਹੈ ਉਹ ਸਿੱਖਾਂਗੇ। ਫਿਰ ਆਪਾਂ ਉਸ ਤੋਂ ਬਾਅਦ ਐਨ ਕੰਪਿਊਟਿੰਗ ਸੋਫਟਵੇਅਰ ਹੈ ਜਿਹੜਾ vSpace ਸਰਵਰ ਐਡੀਸ਼ਨ, ਕਿਉਂਕਿ ਆਪਾਂ ਵਿੰਡੋਜ਼ ਸਰਵਰ 2008 ਆਟੋ ਸਟੈਂਡਰਡ ਐਡੀਸ਼ਨ ਇੰਸਟਾਲ ਕਰ ਰਹੇ ਹਾਂ, ਇਸ ਲਈ ਅਸੀਂ vSpace ਸਰਵਰ ਸੋਫਟਵੇਅਰ ਹੈ ਜਿਹੜਾ ਉਹ ਅਸੀਂ ਸਿੱਖਾਂਗੇ ਵੀ ਆਪਣੇ ਨਵੀਂ ਜਿਹੜੀ ਵਿੰਡੋਜ਼ ਅਸੀਂ ਇੰਸਟਾਲ ਕੀਤੀ ਹੈ ਉਸ 'ਤੇ ਕਿੱਦਾਂ ਇੰਸਟਾਲ ਕੀਤਾ ਜਾ ਸਕਦਾ ਅਤੇ ਜਿਹੜੇ ਯੂਜ਼ਰਸ ਨੇ ਉਹ ਕਿੱਦਾਂ ਐਡ ਕੀਤੇ ਜਾ ਸਕਦੇ ਨੇ ਡਿਊਰਿੰਗ ਇੰਸਟਾਲੇਸ਼ਨ, ਤਾਂ ਕਿ ਉਹ ਐਨ ਕੰਪਿਊਟਿੰਗ ਜਿਹੜੀ ਹੈ ਯੂਜ਼ਰਸ ਉਸਨੂੰ ਵਰਤ ਕੇ ਸਟੂਡੈਂਟਸ ਉਸਨੂੰ ਵਰਤ ਕੇ ਲੌਗਇਨ ਕਰ ਸਕਣ। ਫਿਰ ਅਸੀਂ vSpace ਦੇ ਸੋਫਟਵੇਅਰ ਨੂੰ ਇੰਟਰਨੈਟ ਰਾਹੀਂ ਰਜਿਸਟਰ ਕਰਨਾ ਵੀ ਸਿੱਖਾਂਗੇ। ਉਸ ਤੋਂ ਬਾਅਦ ਅਸੀਂ ਵਿੰਡੋਜ਼ ਸਰਵਰ 2008 R2 ਸਟੈਂਡਰਡ ਐਡੀਸ਼ਨ ਅਤੇ ਰਿਮੋਟ ਡੈਸਕਟੋਪ ਲਾਈਸੈਂਸਿੰਗ ਦਾ ਸਰਵਰ ਦੀਆਂ ਸੈਟਿੰਗਸ ਨੂੰ ਕਿੱਦਾਂ ਸੈੱਟ ਕਰਨਾ, ਉਹਨੂੰ ਐਕਟੀਵੇਟ ਕਿੱਦਾਂ ਕਰਨਾ, ਉਹਨੂੰ ਰਜਿਸਟਰ ਕਿੱਦਾਂ ਕਰਨਾ, ਉਹ ਸਟੈਪ ਸਿੱਖਾਂਗੇ ਜੋ ਕਿ ਬਹੁਤ ਇੰਪੋਰਟੈਂਟ ਨੇ। ਫਿਰ ਐਂਡ ਵਿੱਚ ਅਸੀਂ ਸਿੱਖਾਂਗੇ ਕਿ ਐਨ ਕੰਪਿਊਟਿੰਗ ਦੇ vSpace ਸੋਫਟਵੇਅਰ 'ਤੇ ਆਟੋ ਲੌਗਇਨ ਸਟੂਡੈਂਟਸ ਲਈ ਕਿੱਦਾਂ ਇਨੇਬਲ ਕਰਨਾ। ਸੋ ਇਹ ਕੁਛ ਸਾਡੇ ਅੱਜ ਦੇ ਵੀਡੀਓ ਦੇ ਟਾਸਕ ਨੇ, ਆਓ ਸ਼ੁਰੂ ਕਰਦੇ ਹਾਂ। ਮੈਂ ਰੂਫਸ ਯੂਟੀਲਿਟੀ ਪ੍ਰੋਗਰਾਮ ਡਾਊਨਲੋਡ ਕੀਤਾ ਹੋਇਆ, ਇਹ 'ਤੇ ਡਬਲ ਕਲਿੱਕ ਕਰੋ, ਇਹਨੂੰ ਰਨ ਕਰੋ। ਪੈਨ ਡਰਾਈਵ ਤੁਹਾਡੀ ਕੰਪਿਊਟਰ ਨਾਲ ਲੱਗੀ ਹੋਣੀ ਚਾਹੀਦੀ, ਅਟੈਚ ਹੋਣੀ ਚਾਹੀਦੀ ਹੈ CPU ਵਿੱਚ। ਇੱਥੇ ਸਿਲੈਕਟ ਬਟਨ ਤੋਂ ਆਪਾਂ ਨੇ ISO ਫਾਈਲ ਚੁਣਨੀ ਆ। ਕਿਹੜੀ ISO ਫਾਈਲ? ਜਿਹਦੀ ਵਿੰਡੋਜ਼ ਦੇ ਸੈਟਅਪ ਦੀ ਫਾਈਲ ਹੈ, ਜਿਵੇਂ ਕਿ ਮੈਂ ਇੰਟਰਨੈਟ ਤੋਂ ਡਾਊਨਲੋਡ ਕੀਤੀ ਹੈ ਇਵੈਲੂਏਸ਼ਨ ਵਰਜ਼ਨ 180 ਦਿਨਾਂ ਦਾ ਜੈਨੂਅਨ, ਜਾਂ ਤੁਹਾਡੇ ਕੋਲ ਜਿਹੜੀ ਵੀ ਵਿੰਡੋਜ਼ ਤੁਸੀਂ ਪਰਚੇਜ਼ ਕੀਤੀ ਹੋਈ ਹੈ, ਜੋ ਵੀ ਤੁਹਾਡੇ ਕੋਲ ਐਡੀਸ਼ਨ ਹੈ, ਉਸਦੀ ISO ਫਾਈਲ ਚੁਣਨੀ ਹੈ। ਜਿਸ ਤਰ੍ਹਾਂ ਕਿ ਆਹ ਫਾਈਲ ਹੈ, ਇਹ ਵਿੰਡੋਜ਼ ਸੈਟਅਪ ਦੀ ਫਾਈਲ ਹੈ, ਵਿੰਡੋਜ਼ ਸਰਵਰ 2008 R2 ਸਟੈਂਡਰਡ ਐਡੀਸ਼ਨ ਇਵੈਲੂਏਸ਼ਨ ਵਰਜ਼ਨ। ਓਪਨ ਕਰੂੰਗਾ, ਇੱਥੇ ਧਿਆਨ ਦੇਣਾ ਤੁਸੀਂ ਪਾਰਟੀਸ਼ਨ ਸਕੀਮ ਵਿੱਚ MBR ਚੁਣਨਾ ਅਤੇ ਦੂਸਰੇ ਪਾਸੇ ਟਾਰਗੇਟ ਸਿਸਟਮ 'ਚ BIOS ਔਰ UEFI CSM ਆਪਣੇ ਆਪ ਆ ਜਾਣਾ। ਮੀਨਸ ਪਾਰਟੀਸ਼ਨ ਸਕੀਮ 'ਚ ਅਸੀਂ MBR ਚੁਣਨਾ, ਹੋਰ ਅਸੀਂ ਕੁਛ ਨਹੀਂ ਛੇੜਨਾ ਇਹਦੇ ਵਿੱਚ। ਪਹਿਲੇ 'ਚ ਡਿਵਾਈਸ 'ਚ ਸਾਡੀ ਪੈਨ ਡਰਾਈਵ ਦਿਖੂਗੀ ਜੋ ਅਸੀਂ ਅਟੈਚ ਕੀਤੀ ਹੋਈ ਹੈ। ਇੱਥੇ ਜੇ ਤੁਸੀਂ ਲੇਬਲ ਚੇਂਜ ਕਰਨਾ, ਰਹਿਣ ਦਿਓ, ਕੁਛ ਕਰਨ ਦੀ ਲੋੜ ਨਹੀਂ, ਬਸ ਸਟਾਰਟ ਬਟਨ 'ਤੇ ਕਲਿੱਕ ਕਰ ਦੇਣਾ। ਆਓ ਦੇਖੀਏ, ਸਟਾਰਟ ਬਟਨ 'ਤੇ ਕਲਿੱਕ ਕਰੋ, ਓਕੇ 'ਤੇ ਕਲਿੱਕ ਕਰੋ। ਫੋਰਮੈਟ ਦੀ ਆਪਸ਼ਨ ਪੁੱਛ ਰਿਹਾ ਹੈ ਤੁਹਾਨੂੰ ਵੀ ਮੈਂ ਪੈਨ ਡਰਾਈਵ ਦਾ ਡਾਟਾ ਜਿਹੜਾ ਫੋਰਮੈਟ ਕਰ ਦੇਵਾਂ, ਓਕੇ 'ਤੇ ਕਲਿੱਕ ਕਰੋ। ਕੁਛ ਟਾਈਮ ਲੱਗੂਗਾ, ਫਾਈਲਸ ਕਾਪੀ ਹੋ ਰਹੀਆਂ ਨੇ। ਇਹ ਕੰਮ ਪੂਰਾ ਹੋ ਗਿਆ ਆਪਣਾ, ਰੈਡੀ ਹੋ ਗਈ, ਹੁਣ ਅਸੀਂ ਪੈਨ ਡਰਾਈਵ ਨੂੰ ਜਿਹੜੀ ਆ ਉਹ ਡਿਟੈਚ ਕਰ ਸਕਦੇ ਹਾਂ। ਕਲੋਜ਼ ਬਟਨ 'ਤੇ ਕਲਿੱਕ ਕਰੋ, ਯੂ ਦੇ ਵਿੱਚ BIOS ਵਿੱਚ ਜਾਣਾ ਆ, ਉੱਥੇ ਜਾ ਕੇ ਅਸੀਂ ਡੈਲ ਕੀ ਦੱਬਣੀ ਹੈ ਜਦੋਂ ਅਸੀਂ ਪਾਵਰ ਔਨ ਕਰਨਾ ਹੈ, ਤਾਂ ਕਿ ਅਸੀਂ BIOS ਸੈਟਅਪ ਵਿੱਚ ਜਾ ਸਕੀਏ। BIOS ਸੈਟਅਪ ਵਿੱਚ ਅਸੀਂ ਬੂਟ ਮੀਨੂ 'ਤੇ ਜਾਣਾ ਆ, ਅਤੇ ਇੱਥੇ ਹਾਰਡ ਡਿਸਕ 'ਚ ਪਹਿਲੀ ਪ੍ਰਾਇਓਰਿਟੀ ਹੈ ਜਿਹੜੀ ਉਹ ਅਸੀਂ ਪੈਨ ਡਰਾਈਵ ਕਰ ਦੇਣੀ ਹੈ, ਇਹ ਗੱਲ ਨੂੰ ਧਿਆਨ 'ਚ ਰੱਖਣਾ ਆ। ਸੈਕਿੰਡ ਅਸੀਂ ਆਪਣੀ ਹਾਰਡ ਡਿਸਕ ਰੱਖਣੀ ਹੈ, ਓਕੇ। ਫਿਰ ਸੈਟਿੰਗਸ ਜਿਹੜੀਆਂ ਨੇ ਕਨਫੀਗਰੇਸ਼ਨ ਉਹ ਸੇਵ ਕਰ ਦੇਣੀ ਹੈ ਯੈਸ 'ਤੇ ਸਿਲੈਕਟ ਕਰਕੇ, ਉਦੋਂ ਬਾਅਦ ਪੈਨ ਡਰਾਈਵ ਲਗਾ ਦੇਣੀ ਹੈ ਅਤੇ ਕੰਪਿਊਟਰ ਨੂੰ ਸਟਾਰਟ ਕਰਨਾ ਆ, ਰੀਸਟਾਰਟ ਕਰਨਾ ਆ, ਤਾਂ ਸਾਡੇ ਕੋਲ ਜਿਹੜੀ ਹੈਗੀ ਆ ਉਹ ਵਿੰਡੋਜ਼ ਦਾ ਜਿਹੜਾ ਸੈਟਅਪ ਹੈ, ਵਿੰਡੋਜ਼ ਦੀਆਂ ਜਿਹੜੀਆਂ ਫਾਈਲਸ ਨੇ ਉਹ ਲੋਡ ਹੋਣ ਲੱਗ ਜਾਣਗੀਆਂ, ਠੀਕ ਹੈ ਜੀ। ਕਈ ਵਾਰੀ ਵਿੰਡੋਜ਼ ਹੈ ਜਿਹੜੀ ਉਹ ਪੁੱਛਦੀ ਹੈ ਪ੍ਰੈਸ ਐਨੀ ਕੀ ਟੂ ਇੰਸਟਾਲ ਵਿੰਡੋਜ਼, ਤਾਂ ਅਸੀਂ ਕੋਈ ਵੀ ਕੀਬੋਰਡ ਤੋਂ ਕੀ ਪ੍ਰੈਸ ਕਰ ਦੇਣੀ ਹੈ। ਆਪਣੇ ਇਸ ਕੇਸ 'ਚ ਇਹਨੇ ਪੁੱਛਿਆ ਨਹੀਂ ਕਿਉਂਕਿ ਇਹ ਵੈਲੂਏਸ਼ਨ ਵਰਜ਼ਨ ਹੈ, ਠੀਕ ਹੈ ਜੀ। ਵੇਟ ਐਂਡ ਵਾਚ ਕਰਨੀ ਹੈ, ਜੇ ਤੁਹਾਡੇ ਸੈਟਅਪ ਡਿਊਰਿੰਗ ਪੁੱਛੂਗਾ ਉਹ ਸੈਟਅਪ ਸਟਾਰਟ ਕਰਨ ਤੋਂ ਪਹਿਲਾਂ ਪ੍ਰੈਸ ਐਨੀ ਕੀ ਟੂ ਕੰਟੀਨਿਊ, ਤਾਂ ਤੁਸੀਂ ਕਰ ਦੇਣੀ ਹੈ, ਓਕੇ। ਇਸ ਗੱਲ ਦਾ ਧਿਆਨ ਰੱਖਣਾ। ਇਹ ਸਾਡੇ ਕੋਲ ਡਿਊਰਿੰਗ ਸੈਟਅਪ ਪਹਿਲੀ ਸਕਰੀਨ ਆ ਗਈ, ਠੀਕ ਹੈ ਜੀ, ਜਿੱਥੋਂ ਅਸੀਂ ਲੈਂਗੁਏਜ ਨੂੰ ਚੁਣ ਸਕਦੇ ਹਾਂ, ਕੰਟਰੀ ਚੁਣ ਸਕਦੇ ਹਾਂ ਅਤੇ ਕੀਬੋਰਡ ਦੀ ਲੇਆਊਟ। ਅਸੀਂ ਇਹਦੇ 'ਚ ਕੁਛ ਨਹੀਂ ਛੇੜਨਾ,
नेक्स्ट बटन ते क्लिक करांगे असी विंडोज सर्वर 2008 R2 दी सेटअप दी ये पहली स्क्रीन है USB तो बूट किया असी हुण इंस्टॉल नाउ बटन ते क्लिक करांगे सेटअप स्टार्ट हो रहा है असी विंडोज सर्वर 2008 R2 स्टैंडर्ड फुल इंस्टॉलेशन वर्जन चुनना है जो मैं ISO डाउनलोड की थी माइक्रोसॉफ्ट की वैबसाइट तो इन एडिशन ने आप पहला चुनना है विंडोज सर्वर 2008 R2 स्टैंडर्ड एडिशन या जड़ा जड़ा एडिशन तो तुसी खरीदया होया तुसी परचेज किया है जिसकी सीरियल की तुहाडे कोल हैगी है तुसी वो चुनना है सिलेक्ट करन तो बाद नैक्सट बटन पर क्लिक करना है उदो बाद लाइसेंस टर्म्स आ जाएगियाँ पढ़ना तो इनू पढ़ लो अदरवाइज आई एक्सैप्ट द लाइसेंस टर्म्स पर क्लिक करो इनू टिक करो फिर नैक्सट पर क्लिक करो हुण इत्थे दो ऑप्शनज ने असी कस्टम एडवांसड चुन ली है क्योंकि असी क्लीन इंस्टॉल करनी है क्लीन इंस्टॉल लफ्ज का मतलब हुंदा है हार्ड डिस्क नू पहला साफ करना तो फिर विंडोज इंस्टॉल करनी हुण इहदे च कुछ पार्टीशनज बनिया हुई ने असी सारियां डिलीट करांगे जिहड़ी भी पार्टीशन नू तुसी डिलीट करना है उसकी सिलैक्शन करो उस ते क्लिक करो चार पार्टीशन साडे कोल बनिया हुई ने असी एक पार्टीशन सिलैक्ट की है फिर ड्राइव ऑप्शनस ते क्लिक किया फिर डिलीट कमांड ते क्लिक करांगे ओके ते क्लिक करांगे साडी पार्टीशन डिलीट हो जूगी अनएलोकेटेड स्पेस आ गई हुण हरेक पार्टीशन नू वारी वारी डिलीट करते जाना है असी क्योंकि असी हार्ड डिस्क नू पहला सारी नू साफ करांगे ओके ते क्लिक करांगे वो सानू वार्निंग दे रहा है हुण असी जिहड़ी एक होर पार्टीशन बनी हुई है उसनू भी डिलीट करांगे सिलेक्शन करन तो बाद डिलीट ते क्लिक करांगे फिर ओके ते क्लिक करांगे हुण साडे कोल एक पार्टीशन रह गई उसकी भी सिलेक्शन करांगे सिस्टम रिजर्वड डिलीट ते क्लिक करांगे ओके ते क्लिक करांगे हुण साडी हार्ड डिस्क दी सारियां पार्टीशनस खत्म हो चुकियां ने हुण इह नवीं हार्ड डिस्क वर्गी हार्ड डिस्क बन गई हुण असी इस ते पार्टीशनस बनावांगे तां कि विंडो इंस्टॉल कर सकीए ठीक है जी हुण इस ते न्यू ते क्लिक करो क्योंकि नवीं पार्टीशन बनाउणी है ਇਹ ਸਾਨੂੰ ਸਾਈਜ਼ ਦੱਸ ਰਿਹਾ MB ਵਿੱਚ ਮੈਂ ਤਕਰੀਬਨ 200 GB ਦੀ ਪਾਰਟੀਸ਼ਨ ਬਣਾਉਂਗਾ ਓਕੇ ਤੇ ਕਲਿੱਕ ਕਰਾਂਗੇ ਆਪਾਂ ਆਪਣੀ ਹਾਰਡ ਡਿਸਕ 'ਤੇ ਸਿਰਫ ਦੋ ਪਾਰਟੀਸ਼ਨਸ ਬਣਾਵਾਂਗੇ 100 MB ਦੀ ਪਾਰਟੀਸ਼ਨ ਹੈ ਜਿਹੜੀ ਉਹ ਸੈਟਅਪ ਆਪਣੇ ਆਪ ਬਣਾ ਦੂਗਾ ਜਿਹਨੂੰ ਸਿਸਟਮ ਰਿਜ਼ਰਵ ਕਹਿੰਦੇ ਨੇ ਦੇਖੋ ਇੱਕ ਪਾਰਟੀਸ਼ਨ ਬਣ ਗਈ ਪ੍ਰਾਇਮਰੀ ਟਾਈਪ ਪ੍ਰਾਇਮਰੀ ਹੈ 206 GB ਦੀ ਹੁਣ ਅਨਐਲੋਕੇਟਡ ਸਪੇਸ ਨੂੰ ਸਿਲੈਕਟ ਕਰੋ ਨਿਊ ਤੇ ਕਲਿੱਕ ਕਰੋ ਇਹ ਸਾਡੀ ਡੀ ਡਰਾਈਵ ਬਣੂਗੀ ਠੀਕ ਹੈ ਜਿੰਨੀ ਸਪੇਸ ਹੈ ਉਨੀ ਉਹ ਰਹਿਣ ਦਿਓ ਅਪਲਾਈ ਤੇ ਕਲਿੱਕ ਕਰੋ ਸਾਡੀਆਂ ਦੋ ਪਾਰਟੀਸ਼ਨਸ ਬਣ ਗਈਆਂ ਠੀਕ ਹੈ ਹੁਣ ਦੂਸਰੀ ਨੂੰ ਸਿਲੈਕਟ ਕਰੋ ਜਿਹੜੀ ਪ੍ਰਾਇਮਰੀ ਪਹਿਲਾਂ ਬਣਾਈ ਸੀ 206 GB ਦੀ ਠੀਕ ਹੈ 100 MB ਵਾਲੀ ਨਹੀਂ ਸਿਲੈਕਟ ਕਰਨੀ 206 GB ਵਾਲੀ ਕਰਨੀ ਹੈ ਉਸ ਤੋਂ ਬਾਅਦ ਸੈਟਅਪ ਰਨ ਹੋ ਜੂਗਾ ਵਿੰਡੋਜ਼ ਦੀ ਐਕਸਪੈਂਡਿੰਗ ਫਾਈਲਸ ਪੂਰੀਆਂ ਹੋ ਗਈਆਂ ਇੰਸਟਾਲਿੰਗ ਫੀਚਰਸ ਸੋ ਕੰਪਲੀਟਿੰਗ ਇੰਸਟਾਲੇਸ਼ਨ ਸੋ ਇਹ ਵਿੰਡੋਜ਼ ਦਾ ਪਹਿਲਾ ਰੀਸਟਾਰਟ ਹੈ ਦੋ ਵਾਰੀ ਰੀਸਟਾਰਟ ਹੁੰਦੀ ਹੈ ਵਿੰਡੋਜ਼ ਦੇ ਸੈਟਅਪ ਦੌਰਾਨ ਕੰਪਿਊਟਰ ਆਪਣਾ ਇੱਥੇ ਮੇਕ ਸ਼ੋਰ ਇਹ ਕਰਨਾ ਵੀ ਤੁਸੀਂ ਜਿਹੜਾ ਬਾਇਓਸ 'ਚ ਹੈ ਉਹ ਬੂਟ ਡਿਵਾਈਸ ਹੈ ਜਿਹੜਾ ਉਹ ਦੁਬਾਰਾ ਹਾਰਡ ਡਿਸਕ ਕਰਤੀ ਪੈਨ ਡਰਾਈਵ ਨਹੀਂ ਰੱਖਣੀ ਨਹੀਂ ਤਾਂ ਤੁਹਾਡਾ ਕੰਪਿਊਟਰ ਦੁਬਾਰਾ ਪੈਨ ਡਰਾਈਵ ਤੋਂ ਸਟਾਰਟ ਹੋਊਗਾ ਸਾਡਾ ਜਿਹੜਾ ਸੈਟਅਪ ਹੈ ਉਹ ਰਨ ਹੋ ਗਿਆ ਕੰਪਿਊਟਰ ਰੀਸਟਾਰਟ ਹੋਣ ਤੋਂ ਬਾਅਦ ਆਟੋਮੈਟਿਕਲੀ ਅਸੀਂ ਬਾਇਓਸ ਵਿੱਚ ਜਿਹੜੀ ਹੈ ਉਹ ਫਸਟ ਪ੍ਰਾਇਓਰਟੀ ਡਿਵਾਈਸ ਹਾਰਡ ਡਿਸਕ ਕਰਤਾ ਸੀ ਪੈਨ ਡਰਾਈਵ ਨਹੀਂ ਸੀ ਰੱਖੀ ਸੋ ਕੰਪਲੀਟਿੰਗ ਇੰਸਟਾਲੇਸ਼ਨ ਲਾਸਟ ਫੇਜ਼ ਹੈ ਇਹ ਵਿੰਡੋਜ਼ ਦੇ ਸੈਟਅਪ ਦਾ
ਸੈਟਅਪ ਦੁਬਾਰਾ ਰੀਸਟਾਰਟ ਕਰ ਰਿਹਾ ਸਾਡੇ ਕੰਪਿਊਟਰ ਨੂੰ, ਸੈਕਿੰਡ ਰੀਸਟਾਰਟ ਸੀ ਇਹ। ਸੈਟਅਪ ਇਜ਼ ਪ੍ਰਪੇਅਰਿੰਗ ਯੂਅਰ ਕੰਪਿਊਟਰ ਫੋਰ ਫਸਟ ਯੂਜ਼। ਇੱਥੇ ਥੋੜ੍ਹਾ ਜਿਹਾ ਟਾਈਮ ਲੈਂਦਾ, ਸਾਡਾ ਕੰਪਿਊਟਰ ਹੈ ਜਿਹੜੀ ਵਿੰਡੋਜ਼ ਦਾ ਸੈਟਅਪ ਹੈ ਉਹ ਕੰਪਲੀਟ ਸਕਸੈਸਫੁਲੀ ਹੋ ਗਿਆ, ਅਤੇ ਹੁਣ ਸਾਨੂੰ ਕਹਿ ਰਿਹਾ ਵੀ ਫਸਟ ਟਾਈਮ ਜਿਹੜਾ ਹੈਗਾ ਤੁਸੀਂ ਯੂਜ਼ਰ ਦਾ ਪਾਸਵਰਡ ਚੇਂਜ ਕਰੋ ਐਡਮਿਨਿਸਟ੍ਰੇਟਰ ਦਾ। ਸੋ ਵਿੰਡੋਜ਼ ਸਰਵਰ 2008 R2 ਹੈ ਜਿਹੜੀ, ਅਸੀਂ ਉਹ ਵਿੰਡੋਜ਼ ਇੰਸਟਾਲ ਕੀਤੀ ਹੈ। ਸੋ ਐਡਮਿਨਿਸਟ੍ਰੇਟਰ ਦਾ ਪਾਸਵਰਡ ਰੱਖਣਾ, ਐਟਲੀਸਟ ਇੱਕ ਸਪੈਸ਼ਲ ਕਰੈਕਟਰ ਵਾਲਾ ਪਾਸਵਰਡ ਰੱਖਣਾ ਤੁਸੀਂ, ਜਿੱਦਾਂ ਐਟ ਦਾ ਰੇਟ ਜਾਂ ਹੈਸ਼ ਜਾਂ ਡੋਲਰ ਦਾ ਸਾਈਨ। ਫਿਰ ਸੋ ਇਸ ਤਰ੍ਹਾਂ ਅਸੀਂ ਪਾਸਵਰਡ ਰੀਸੈਟ ਕਰ ਲਿਆ ਫਸਟ ਟਾਈਮ ਲਈ। ਸੋ ਸਾਡਾ ਡੈਸਕਟੋਪ ਪ੍ਰਪੇਅਰ ਹੋ ਰਿਹਾ, ਜਿਸ ਦਾ ਮਤਲਬ ਹੈ ਕਿ ਸਾਡੀ ਜਿਹੜੀ ਵਿੰਡੋਜ਼ ਹੈ ਉਹ ਚੰਗੀ ਤਰ੍ਹਾਂ ਇੰਸਟਾਲ ਹੋ ਚੁੱਕੀ ਹੈ। ਇਹ ਸਾਡੀ ਵਿੰਡੋਜ਼ ਦਾ ਡੈਸਕਟੋਪ ਆ ਗਿਆ। ਇਨੀਸ਼ੀਅਲ ਕੌਨਫੀਗਰੇਸ਼ਨ ਟਾਸਕਸ, ਅਸੀਂ ਸੈੱਟ ਟਾਈਮ ਜ਼ੋਨ 'ਤੇ ਜਾ ਕੇ ਜੇ ਡੇਟ ਐਂਡ ਟਾਈਮ 'ਚ ਕੁਛ ਸੈੱਟ ਕਰਨਾ ਤਾਂ ਸੈੱਟ ਕਰ ਸਕਦੇ ਹਾਂ। ਜੇ ਅਸੀਂ ਟਾਈਮ ਜ਼ੋਨ ਚੇਂਜ ਕਰਨਾ, ਜਿੱਦਾਂ ਇੱਥੇ US ਐਂਡ ਕੈਨੇਡਾ ਹੋਇਆ ਹੋਇਆ ਤਾਂ ਅਸੀਂ ਇੰਡੀਆ ਚੁਣ ਲਾਂਗੇ। ਠੀਕ ਹੈ, ਨੀਚੇ ਨੂੰ ਆਉਂਗੇ ਤਾਂ 5:30 UTC+ 5:30 ਚੇਨਈ, ਕੋਲਕਾਤਾ, ਮੁੰਬਈ, ਨਿਊ ਦਿੱਲੀ ਓਕੇ ਕਰਾਂਗੇ। ਸਿਲੈਕਸ਼ਨ ਤੋਂ ਬਾਅਦ ਓਕੇ ਕਰਾਂਗੇ। ਕਨਫੀਗਰੇਸ਼ਨ 'ਤੇ ਕਲਿੱਕ ਕਰਾਂਗੇ। ਸਰਵਰ ਮੈਨੇਜਰ ਵਿੱਚ ਲੋਕਲ ਯੂਜ਼ਰਸ ਐਂਡ ਗਰੁੱਪਸ 'ਤੇ ਕਲਿੱਕ ਕਰਾਂਗੇ, ਯੂਜ਼ਰਸ 'ਤੇ ਰਾਈਟ ਕਲਿੱਕ ਕਰਾਂਗੇ, ਨਿਊ ਯੂਜ਼ਰ 'ਤੇ ਕਲਿੱਕ ਕਰਾਂਗੇ। ਹੁਣ ਅਸੀਂ ਇੱਥੇ ਵਾਰੀ ਵਾਰੀ 6 ਯੂਜ਼ਰਸ ਐਡ ਕਰ ਲਾਂਗੇ। ਅਸੀਂ ਯੂਜ਼ਰ ਨੇਮ U1 ਰੱਖਣਾ, ਫਿਰ U2 ਰੱਖਣਾ, ਮਤਲਬ ਦੋ ਅੱਖਰਾਂ ਦਾ ਯੂਜ਼ਰ ਨੇਮ ਰੱਖਣਾ। ਫੁੱਲ ਨੇਮ 'ਚ ਤੁਸੀਂ ਕੁਛ ਮਰਜ਼ੀ ਲਿਖ ਸਕਦੇ ਹੋ। ਪਾਸਵਰਡ ਵੀ ਅਸੀਂ P@Rate1 3 ਅੱਖਰਾਂ ਦਾ ਹੀ ਰੱਖਾਂਗੇ, ਸੌਖਾ। P@Rate1 ਤੁਸੀਂ ਜਿਹੜਾ ਮਰਜ਼ੀ ਰੱਖ ਸਕਦੇ ਹੋ। ਨਿਚਲੀ ਆਪਸ਼ਨ ਨੂੰ ਅਨਚੈੱਕ ਕਰੋ, ਇਹਨੂੰ ਟਿੱਕ ਕਰੋ, ਇਹਨੂੰ ਟਿੱਕ ਕਰੋ, ਕ੍ਰੀਏਟ ਕਰੋ। ਸਾਡਾ ਪਹਿਲਾ ਯੂਜ਼ਰ ਬਣ ਗਿਆ। ਹੁਣ ਇੱਥੇ ਯੂਜ਼ਰ ਦੂਜਾ ਬਣਾਵਾਂਗੇ U2। ਦੋ ਅੱਖਰਾਂ ਦਾ ਅਸੀਂ ਯੂਜ਼ਰ ਨੇਮ ਰੱਖਣਾ ਆ, ਉਹਦਾ ਫੁੱਲ ਨੇਮ ਤੁਸੀਂ ਕੁਛ ਵੀ ਰੱਖ ਸਕਦੇ ਹੋ, ਪਾਸਵਰਡ ਰੱਖਾਂਗੇ। ਇੱਦਾਂ ਕਰਕੇ ਅਸੀਂ 6 ਯੂਜ਼ਰ ਬਣਾ ਲੈਣੇ ਹੈ ਵਾਰੀ ਵਾਰੀ। ਠੀਕ ਹੈ ਜੀ, ਮੈਂ ਤੁਹਾਨੂੰ 2 ਹੀ ਬਣਾ ਕੇ ਦਿਖਾਊਂਗਾ। ਕੈਨ ਨੋਟ ਚੇਂਜ ਪਾਸਵਰਡ, ਪਾਸਵਰਡ ਨੈਗਰ ਐਕਸਪਾਇਰਸ, ਇਹ ਟਿੱਕ ਕਰਕੇ ਕ੍ਰੀਏਟ ਕਰ ਦੇਣਾ। ਠੀਕ ਹੈ ਜੀ, ਹੁਣ ਯੂਜ਼ਰ 'ਤੇ ਡਬਲ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ 2 ਯੂਜ਼ਰ ਬਣ ਗਏ। ਹੁਣ ਇਹ 'ਤੇ ਰਾਈਟ ਕਲਿੱਕ ਕਰੋ, ਪ੍ਰੋਪਰਟੀਜ਼ 'ਚ ਜਾਓ, ਮੈਂਬਰ ਆਫ 'ਚ ਜਾਓ, ਨਾਲ ਦੀ ਨਾਲ ਹੀ ਇਹ ਕੰਮ ਕਰ ਲੈਣਾ, ਮੈਂਬਰ ਆਫ 'ਚ ਜਾਓ। ਠੀਕ ਹੈ ਜੀ, ਮੈਂਬਰ ਆਫ ਟੈਬ 'ਤੇ ਐਡ 'ਤੇ ਕਲਿੱਕ ਕਰੋ, ਐਡਵਾਂਸ 'ਤੇ ਕਲਿੱਕ ਕਰੋ, ਫਾਇੰਡ ਨਾਓ 'ਤੇ ਕਲਿੱਕ ਕਰੋ। ਨੀਚੇ ਸਕਰੋਲ ਕਰੋ, ਵਿਡਥ ਸੈੱਟ ਕਰ ਲਓ ਤਾਂ ਕਿ ਪੜ੍ਹੇ ਜਾਣ ਸਾਰੇ ਕੁਛ। ਨੀਚੋ ਰਿਮੋਟ ਡੈਸਕਟੋਪ ਯੂਜ਼ਰਸ 'ਤੇ ਕਲਿੱਕ ਕਰੋ, ਓਕੇ 'ਤੇ ਕਲਿੱਕ ਕਰੋ, ਓਕੇ 'ਤੇ ਕਲਿੱਕ ਕਰੋ, ਅਪਲਾਈ 'ਤੇ ਕਲਿੱਕ ਕਰੋ, ਓਕੇ 'ਤੇ ਕਲਿੱਕ ਕਰੋ। ਹੁਣ ਇੱਦਾਂ ਹੀ ਇਹ ਕੰਮ ਤੁਸੀਂ 6 ਯੂਜ਼ਰਸ ਨਾਲ ਕਰਨਾ। ਯੂਜ਼ਰ ਦੇ ਯੂਜ਼ਰ ਨੇਮ 'ਤੇ ਰਾਈਟ ਕਲਿੱਕ ਕੀਤਾ, ਮੈਂਬਰ ਆਫ ਟੈਬ 'ਚ ਗਏ, ਐਡ 'ਤੇ ਕਲਿੱਕ ਕੀਤਾ, ਐਡਵਾਂਸ 'ਤੇ ਕਲਿੱਕ ਕੀਤਾ, ਫਾਇੰਡ ਨਾਓ 'ਤੇ ਕਲਿੱਕ ਕੀਤਾ। ਠੀਕ ਹੈ ਜੀ, ਨੀਚੇ ਸਕਰੋਲ ਕੀਤਾ, ਰਿਮੋਟ ਡੈਸਕਟੋਪ ਯੂਜ਼ਰਸ ਨੂੰ ਸਿਲੈਕਟ ਕੀਤਾ, ਫਿਰ ਓਕੇ 'ਤੇ ਕਲਿੱਕ ਕੀਤਾ, ਫਿਰ ਓਕੇ 'ਤੇ ਕਲਿੱਕ ਕੀਤਾ, ਫਿਰ ਅਪਲਾਈ 'ਤੇ ਕਲਿੱਕ ਕੀਤਾ, ਫਿਰ ਓਕੇ 'ਤੇ ਕਲਿੱਕ ਕੀਤਾ। ਸਟਾਰਟ ਬਟਨ 'ਤੇ ਕਲਿੱਕ ਕਰੋ, ਮਾਈ ਕੰਪਿਊਟਰ 'ਤੇ ਰਾਈਟ ਕਲਿੱਕ ਕਰੋ, ਸ਼ੋ ਔਨ ਡੈਸਕਟੋਪ ਕਰੋ ਤਾਂ ਕਿ ਸਾਡਾ ਜਿਹੜਾ ਮਾਈ ਕੰਪਿਊਟਰ ਦਾ ਆਈਕੋਨ ਹੈ ਉਹ ਡੈਸਕਟੋਪ 'ਤੇ ਦਿਖ ਜਾਵੇ। ਦੇਖੋ ਇੱਥੇ ਅਸੀਂ ਮਾਈ ਕੰਪਿਊਟਰ ਖੋਲ੍ਹਿਆ ਆ ਤਾਂ ਸਾਡੇ ਕੋਲ ਸਿਰਫ 2 ਡਰਾਈਵਜ਼ ਹੀ ਬਣੀਆਂ, ਸੀ ਅਤੇ ਡੀ। ਸੀ ਅਸੀਂ ਫੋਰਮੈਟ ਕਰ ਲਈ ਸੀਗੀ ਡਿਊਰਿੰਗ ਸੈਟਅਪ, ਡੀ ਨਹੀਂ ਸੀ ਕੀਤੀ। ਉਹਤੇ ਰਾਈਟ ਕਲਿੱਕ ਕਰੋ, ਫੋਰਮੈਟ ਡਿਸਕ ਕਰੋ, ਡੀ ਡਰਾਈਵ ਨੂੰ ਫੋਰਮੈਟ ਅਸੀਂ ਕਰਨਾ ਸੀ ਹਲੇ ਸੈਟਅਪ ਦੇ ਦੌਰਾਨ ਨਹੀਂ ਸੀ ਕੀਤਾ। ਇਹਦਾ ਸਾਰਾ ਕੁਛ ਇੱਦਾਂ ਹੀ ਰਹਿਣ ਤੋਂ ਬਾਅਦ ਸਟਾਰਟ ਬਟਨ 'ਤੇ ਕਲਿੱਕ ਕਰੋ, ਸੋਰੀ ਸਟਾਰਟ ਬਟਨ 'ਤੇ ਕਲਿੱਕ ਕਰੋ। ਇੱਕ ਪੁੱਛੂਗਾ ਵੀ ਫੋਰਮੈਟ ਕਰ ਦੇਵਾਂ, ਕਹੋ ਜੀ ਓਕੇ ਕਰ ਦਿਓ। ਸਾਡੀ ਸੈਕਿੰਡ ਡਰਾਈਵ ਵੀ ਹੈ ਜਿਹੜੀ ਉਹ ਰੈਡੀ ਹੋ ਗਈ ਯੂਜ਼ ਕਰਨ ਲਈ, ਫੋਰਮੈਟ ਹੋ ਗਈ। ਪਾਰਟੀਸ਼ਨ ਬਣਾਉਣ ਤੋਂ ਬਾਅਦ ਪਾਰਟੀਸ਼ਨ ਨੂੰ ਫੋਰਮੈਟ ਕਰਨਾ ਪੈਂਦਾ ਹੁੰਦਾ, ਸੈਟਅਪ ਆਪਣੇ ਆਪ ਕਰ ਦਿੰਦਾ। ਸੋ ਅਸੀਂ ਜਿਹੜੀ ਦੂਜੀ ਪਾਰਟੀਸ਼ਨ ਬਣਾਈ ਸੀ ਉਹਦੀ ਵਰਤੋਂ ਨਹੀਂ ਸੀ ਕੀਤੀ, ਇਸ ਕਰਕੇ ਸਾਨੂੰ ਹੁਣ ਫੋਰਮੈਟ ਕਰਨੀ ਪਈ ਆ ਉਹ।
ਹੁਣ ਤੁਸੀਂ ਦੇਖ ਸਕਦੇ ਹੋ ਵੀ ਸੀ ਤੇ ਡੀ ਡਰਾਈਵ ਦੋ ਡਰਾਈਵ ਸਾਡੇ ਕੋਲ ਬਣ ਗਿਆ। ਅਸੀਂ ਆਮ ਕਰਕੇ ਦੋ ਡਰਾਈਵ ਜੀ ਬਣਾਉਣੀਆਂ ਨੇ ਕੰਪਿਊਟਰ ਵਿੱਚ, ਵੱਧ ਤੋਂ ਵੱਧ ਜਿੰਨੀਆਂ ਮਰਜ਼ੀ ਬਣਾ ਸਕਦੇ ਹੋ। ਸੈਟਅਪ ਦੌਰਾਨ ਵੱਧ ਪਾਰਟੀਸ਼ਨਸ ਕ੍ਰੀਏਟ ਕਰ ਲੈਂਦੇ ਤਾਂ ਵੱਧ ਬਣ ਜਾਂਦੀਆਂ। ਸਾਡੀ ਹਲੇ ਵਿੰਡੋਜ਼ ਹੈ ਜਿਹੜੀ ਉਹ ਐਕਟੀਵੇਟ ਨਹੀਂ, ਸਾਡੇ ਕੋਲ 10 ਦਿਨ ਨੇ ਇੰਟਰਨੈਟ ਦੇ ਉੱਪਰ ਐਕਟੀਵੇਟ ਕਰਨ ਲਈ। ਠੀਕ ਹੈ ਜੀ, ਇਹਨੂੰ ਵੀ ਆਪਾਂ ਐਕਟੀਵੇਟ ਕਰਾਂਗੇ, ਮੈਂ ਤੁਹਾਨੂੰ ਦੱਸੂਗਾ ਵੀ ਇਹਨੂੰ ਕਿੱਦਾਂ ਐਕਟੀਵੇਟ ਕਰਨਾ ਆ। ਅਤੇ ਜਦੋਂ ਅਸੀਂ ਡਿਵਾਈਸ ਮੈਨੇਜਰ 'ਚ ਜਾਵਾਂਗੇ ਤਾਂ ਸਾਨੂੰ ਪਤਾ ਵੀ ਇਹਦੇ ਡਰਾਈਵਰਸ ਇੰਸਟਾਲ ਹੋਣ ਵਾਲੇ ਆ। ਇਹ ਡਰਾਈਵਰਸ ਤੁਸੀਂ ਇੰਸਟਾਲ ਕਰ ਲੈਣੇ ਆ, ਐਨ ਕੰਪਿਊਟਿੰਗ ਦੇ ਡਰਾਈਵਰ ਸਾਨੂੰ ਮਿਲੇ ਹੋਏ ਆ, ਸਾਡੇ ਕਿਸੇ ਨਾ ਕਿਸੇ ਕੰਪਿਊਟਰ 'ਚ ਪਏ ਹੋਣਗੇ, ਉੱਥੋਂ ਤੁਸੀਂ ਇਹ ਡਰਾਈਵਰਸ ਇੰਸਟਾਲ ਕਰ ਲੈਣੇ ਆ। ਨੈੱਟਵਰਕ ਦੇ ਡਰਾਈਵਰਸ ਤਾਂ ਜ਼ਰੂਰੀ ਇੰਸਟਾਲ ਕਰ ਲੈਣੇ ਆ ਤਾਂ ਜੋ ਇੰਟਰਨੈਟ ਚੱਲਦਾ ਹੋ ਜਾਵੇ ਇੱਥੇ। ਠੀਕ ਹੈ ਜੀ, ਮੈਂ ਡਰਾਈਵਰ ਇੰਸਟਾਲ ਕਰਨ ਤੋਂ ਬਾਅਦ ਨੈਕਸਟ ਪ੍ਰੋਸੈਸ ਕਰਾਂਗੇ ਆਪਾਂ। ਠੀਕ ਹੈ ਜੀ, ਡਰਾਈਵਰਸ ਇੰਸਟਾਲ ਕਰਨ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ ਕੰਟੀਨਿਊ ਕਰਾਂਗੇ। ਅਸੀਂ ਹੁਣ vSpace ਸਰਵਰ ਵਰਜ਼ਨ 6.2.7.2 ਇੰਸਟਾਲ ਕਰਾਂਗੇ ਐਨ ਕੰਪਿਊਟਿੰਗ ਲਈ ਆਪਣੇ ਕੰਪਿਊਟਰ 'ਤੇ। ਉਹਦਾ ਸੈਟਅਪ ਤੁਸੀਂ ਡਾਊਨਲੋਡ ਕਰ ਲੈਣਾ, ਇੱਕ ਜ਼ਿਪ ਫਾਈਲ ਇਹਨੂੰ ਐਕਸਟ੍ਰੈਕਟ ਕਰਾਂਗੇ। ਸਰਵਰ ਹੈ ਇਹ vSpace ਸਰਵਰ, ਕਿਉਂਕਿ ਇਹ 2008 ਸਰਵਰ ਐਡੀਸ਼ਨ 'ਤੇ ਆਪਾਂ ਇੰਸਟਾਲ ਕਰਨਾ। ਇਹਨੂੰ ਐਕਸਟ੍ਰੈਕਟ ਕਰ ਲਓ ਜ਼ਿਪ ਫਾਈਲ ਨੂੰ, ਫੋਲਡਰ ਨੂੰ ਡਬਲ ਕਲਿੱਕ ਕਰਕੇ ਖੋਲ੍ਹੋ। ਫਿਰ ਇੱਕ ਫੋਲਡਰ ਬਣਿਆ ਹੋਊਗਾ ਉਹਨੂੰ ਵੀ ਓਪਨ ਕਰੋ, ਉਸ ਦੇ ਵਿੱਚ ਇੱਕ ਸੈਟਅਪ ਨਾਂ ਦੀ ਫਾਈਲ ਹੋਊਗੀ exe, ਉਹ 'ਤੇ ਡਬਲ ਕਲਿੱਕ ਕਰੋ। ਨੈਕਸਟ 'ਤੇ ਕਲਿੱਕ ਕਰੋ, ਆਈ ਐਗਰੀ 'ਤੇ ਕਲਿੱਕ ਕਰੋ, ਨੈਕਸਟ 'ਤੇ ਕਲਿੱਕ ਕਰੋ, ਆਈ ਐਗਰੀ 'ਤੇ ਕਲਿੱਕ ਕਰੋ, ਨੈਕਸਟ 'ਤੇ ਕਲਿੱਕ ਕਰੋ, ਰੈਜ਼ੋਲਿਊਸ਼ਨ ਚੁਣ ਲਓ ਜੋ ਹੈ ਉਹ ਹੀ ਰਹਿਣ ਦਿਓ, ਨੈਕਸਟ ਨੈਕਸਟ 'ਤੇ ਕਲਿੱਕ ਕਰੋ। ਜਿਹੜਾ ਸੈਟਅਪ ਹੈ ਉਹ ਰਨ ਹੋ ਜੂਗਾ। ਇੱਥੇ ਆਲ ਵਿਜ਼ਟਰਸ ਸੋਫਟਵੇਅਰ ਫਰੋਮ ਐਨ ਕੰਪਿਊਟਿੰਗ ਟਿੱਕ ਕਰੋ, ਇੰਸਟਾਲ 'ਤੇ ਕਲਿੱਕ ਕਰੋ। ਇਹ ਧਿਆਨ ਰੱਖਣਾ ਹੈ ਪੋਪ ਅਪ ਵਿੰਡੋ ਆਊਗੀ ਡਿਊਰਿੰਗ ਸੈਟਅਪ। ਹੁਣ ਸਾਡੇ ਕੋਲ ਇੱਕ ਵਿੰਡੋ ਇਹ ਪੁੱਛੂਗਾ ਯੂਜ਼ਰਸ ਐਡ ਕਰਨ ਲਈ। ਯੂਜ਼ਰਸ ਅਸੀਂ ਪਹਿਲਾਂ ਹੀ ਕ੍ਰੀਏਟ ਕਰ ਚੁੱਕੇ, ਉਹਨਾਂ ਨੂੰ ਰਿਮੋਟ ਡੈਸਕਟੋਪ ਯੂਜ਼ਰਸ ਦੇ ਗਰੁੱਪ ਵਿੱਚ ਵੀ ਐਡ ਕਰ ਚੁੱਕੇ ਹਾਂ। ਸੋ ਜਿਹੜੀ ਇੱਥੇ ਵਿੰਡੋ ਹੁਣ ਇਹ ਆਪਾਂ ਨੂੰ ਦਿਖਾਊਗਾ, ਆਪਾਂ ਉਹ ਬੰਦ ਕਰ ਦੇਣੀ ਹੈ ਕਿਉਂਕਿ ਅਸੀਂ ਇਹ ਕੰਮ ਪਹਿਲਾਂ ਹੀ ਕਰ ਚੁੱਕੇ ਹਾਂ। ਇਹ ਸਾਨੂੰ ਆਪਸ਼ਨ ਦਿੰਦਾ ਵੀ ਜੇ ਤੁਸੀਂ ਪਹਿਲਾਂ ਉਹਨਾਂ ਨੂੰ ਰਿਮੋਟ ਡੈਸਕਟੋਪ ਯੂਜ਼ਰਸ ਗਰੁੱਪ ਵੀ ਦਾ ਮੈਂਬਰ ਨਹੀਂ ਬਣਾਇਆ, ਜਿਹੜੇ ਤੁਸੀਂ U1 U2 U3 ਯੂਜ਼ਰ ਕ੍ਰੀਏਟ ਕੀਤੇ ਆ, ਤਾਂ ਹੁਣ ਬਣਾ ਲਓ। ਆਪਾਂ ਇਹ ਕੰਮ ਪਹਿਲਾਂ ਹੀ ਕਰ ਚੁੱਕੇ ਹਾਂ। ਆ ਪੁੱਛ ਰਿਹਾ ਰਿਮੈਂਬਰ ਟੂ ਐਡ ਯੂਜ਼ਰਸ ਟੂ ਰਿਮੋਟ ਡੈਸਕਟੋਪ ਯੂਜ਼ਰਸ ਗਰੁੱਪ, ਡੂ ਯੂ ਵਾਂਟ ਟੂ ਡੂ ਦੈਮ ਨਾਓ। ਆਪਾਂ ਯੈਸ ਕੀਤਾ ਸੀ, ਪਰ ਮੈਂ ਇਹਨੂੰ ਬੰਦ ਕਰ ਦਿੰਦਾ ਵਿੰਡੋ ਨੂੰ, ਇਸ ਲਈ ਸੈਟਅਪ ਕੰਟੀਨਿਊ ਹੋ ਜੂਗਾ। ਥੋੜ੍ਹਾ ਟਾਈਮ ਲੈਂਦਾ ਇਹ ਸੈਟਅਪ। ਹੁਣ ਇਹ ਸਾਨੂੰ ਕਹਿ ਰਿਹਾ ਵੀ ਆਪਣੀ ਇਨਫੋਰਮੇਸ਼ਨ ਐਂਟਰ ਕਰੋ। ਠੀਕ ਹੈ ਜੀ, ਆਪਾਂ ਆਪਣੀ ਇਨਫੋਰਮੇਸ਼ਨ ਐਂਟਰ ਕਰ ਦੇਣੀ ਹੈ, ਫਿਰ ਫਿਨਿਸ਼ ਬਟਨ 'ਤੇ ਕਲਿੱਕ ਕਰ ਦੇਣਾ। ਰਜਿਸਟ੍ਰੇਸ਼ਨ ਕਰਨ ਲਈ ਇਨਫੋਰਮੇਸ਼ਨ ਮੰਗੀ ਸੀ ਇਹਨੇ ਆਪਣੇ ਤੋਂ, ਰਜਿਸਟ੍ਰੇਸ਼ਨ ਡਾਟਾ। ਸੈਟਅਪ ਕੰਪਲੀਟ ਹੋ ਗਿਆ, ਕਲੋਜ਼ 'ਤੇ ਕਲਿੱਕ ਕਰੋ। ਹੁਣ ਇਹ ਰੀਸਟਾਰਟ ਕਰੂਗਾ, ਯੈਸ 'ਤੇ ਕਲਿੱਕ ਕਰੋ, ਕੰਪਿਊਟਰ ਨੂੰ ਰੀਸਟਾਰਟ ਹੋਣ ਦਿਓ। ਹੁਣ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕੰਪਿਊਟਰ ਰੀਸਟਾਰਟ ਹੋ ਰਿਹਾ ਤਾਂ ਆਪਣੇ ਜਿਹੜਾ ਐਨ ਕੰਪਿਊਟਿੰਗ ਦਾ ਇੱਕ ਮੈਂ ਮੋਨੀਟਰ ਨਾਲ ਰੱਖਿਆ ਹੈ ਤੁਹਾਨੂੰ ਦਿਖਾਉਣ ਲਈ, ਉਸ 'ਤੇ ਐਨ ਕੰਪਿਊਟਿੰਗ ਦਾ ਲੋਗੋ ਆ ਗਿਆ। ਮੇਨ ਸਿਸਟਮ ਹੈ ਜਿਹੜਾ ਆਪਣਾ, ਜਿਸ 'ਤੇ ਆਪਾਂ ਨੇ vSpace ਸਰਵਰ ਸੋਫਟਵੇਅਰ ਇੰਸਟਾਲ ਕੀਤਾ, ਉਹ ਰਨ ਹੋ ਰਿਹਾ। ਲੌਗਇਨ ਕਰੋ ਉਸ ਵਿੱਚ। ਸਾਡੀ ਐਨ ਕੰਪਿਊਟਿੰਗ ਵਰਕਿੰਗ ਆਰਡਰ 'ਚ ਆ ਗਈ ਹੈ। ਠੀਕ ਹੈ ਜੀ, ਐਨ ਕੰਪਿਊਟਿੰਗ ਵਾਲਾ ਜਿਹੜਾ ਸਾਡੀ ਇੱਕ ਟਰਮੀਨਲ ਸੀਗਾ ਸਕਰੀਨ ਹੈ, ਉਹ ਵਰਕਿੰਗ ਆਰਡਰ 'ਚ ਆ ਗਈ। ਉੱਥੇ ਯੂਜ਼ਰ ਨੇਮ ਪਾਸਵਰਡ ਭਰਾਂਗੇ ਤਾਂ ਉਹ ਰਨ ਹੋ ਜੂਗੀ। ਠੀਕ ਹੈ ਜੀ, ਇੱਥੇ ਅਸੀਂ ਯੂਜ਼ਰ ਨੇਮ ਭਰਦੇ ਹਾਂ U1, ਪਾਸਵਰਡ ਰੱਖਿਆ ਸੀ P@1, ਭਰਨ ਤੋਂ ਬਾਅਦ ਅਸੀਂ ਲੌਗਇਨ ਕਰ ਸਕਦੇ ਹਾਂ। ਇਹ ਸਾਡੀ ਫਸਟ ਟਰਮੀਨਲ ਦਾ ਜਿਹੜਾ ਡੈਸਕਟੋਪ ਹੈ ਉਹ ਰੈਡੀ ਹੋ ਰਿਹਾ ਲੌਗਇਨ ਕਰਨ ਤੋਂ ਬਾਅਦ, ਮਤਲਬ ਆਪਣੀ ਜਿਹੜੀ ਐਨ ਕੰਪਿਊਟਿੰਗ ਹੈ ਉਹ ਵਰਕਿੰਗ ਆਰਡਰ 'ਚ ਆ ਗਈ।
ठीक है जी, ऑन विंडोज 2000 सर्वर, ठीक है जी। हुण कुछ टास्क ने जिहड़े आपां अपने मेन सर्वर ते करने ने, जिद्दां विंडोज़ एक्टिवेट करनी है, रिमोट डेस्कटॉप लाइसेंसिंग सर्वर दियां सैटिंग सैट करनियां ने, उन्हां नूं रजिस्टर करना, एक्टिवेट करना है। हुण असीं विंडोज़ एक्टिवेट करांगे, सर्वर मैनेजर दे आइकॉन ते क्लिक करो, फिर लेफ्ट साइड ते सर्वर मैनेजर ते क्लिक करो, फिर राइट साइड ते एक्टिव विंडोज़ दा एक लिंक होगा उते क्लिक करो। अपना कंप्यूटर इंटरनेट नाल जुड़िया होना चाहिए, एवैल्यूएशन वर्जन है इसलिए की भरन की लोड़ नहीं, पर जे तुसी दूसरा वर्जन तुसी खरीदया होया तुहाडे कोल की हैगी है ते की भर दिओ, प्रोडक्ट की विंडोज़ दी, इंटरनेट चलता होना चाहिए ते कुछ ही सकिंटा विच विंडोज़ एक्टिवेट हो जूगी। एक्टिवेशन वॉज सक्सैसफुल। 180 दिन लई अपनी जिहड़ी है, मतलब 6 महीनों लई अपनी है जिहड़ी विंडोज़ है, ये प्रॉपर ट्रायल वर्जन जिहड़ा हैगा वह रन होगा। हुण असी रिमोट डेस्कटॉप लाइसेंसिंग सर्वर दियां सैटिंग्स सैट करांगे, इसलिए सर्वर मैनेजर खोलो, ठीक है जी, आईकॉन ते क्लिक करके सर्वर मैनेजर खोल लो, रोल्स ते क्लिक करो, ऐड रोल सर्विसेज करो, इत्थे रिमोट डेस्कटॉप लाइसेंसिंग ते टिक करो, रिमोट डेस्कटॉप लाइसेंसिंग, नेक्स्ट ते क्लिक करो, कॉन्फिगर डिस्कवरी स्कोप फॉर द लाइसेंस सर्वर ते क्लिक करो, वर्क ग्रुप चुननी है अगली ऑप्शन, दिस वर्क ग्रुप, नेक्स्ट ते क्लिक करो, इंस्टॉल ते क्लिक करो, कुछ टाइम लगेगा ये, इनू इंस्टॉल होन दियो, आपां रिमोट डेस्कटॉप सर्विसेज इंस्टॉल कर रहे हैं, ओके हो गया, इंस्टॉलेशन सक्सेडेड, ग्रीन आईकॉन आ गया, उन्हें बंद करो। हुण रिमोट डेस्कटॉप सर्विसेज ते क्लिक करो, एडवांस टूल्स ते जाओ, रिमोट डेस्कटॉप लाइसेंसिंग मैनेजर ते क्लिक करो, नवी विंडो खुलेगी, उन्हों एक्सपेंड करो, क्लिक करो सर्वर दे नां ते, राइट क्लिक करो, एक्टिवेट सर्वर करो। इत्थे आपां नूं पता होना चाहिए भी साडा कंप्यूटर इंटरनेट नाल जुड़िया होना चाहिए, इंटरनेट चलता होना चाहिए, नैक्सट ते क्लिक करो, आपां एक्टिवेट करांगे सर्वर नूं, ये माइक्रोसॉफ्ट की वैबसाइट तो होगा, नैक्सट ते क्लिक करो, ऑटोमैटिक कनैक्शन इंटरनेट का, ठीक है जी, आपां ने उही करना है, ऑटोमैटिक कनैक्शन इंटरनेट चलता होना चाहिए, नैक्सट ते क्लिक करो, लोकेटिंग द माइक्रोसॉफ्ट, ठीक है सर्वर, इत्थे अपनी परसनल डिटेल एंटर करनी है, डिटेल एंटर करन तो फिर नेक्स्ट ते क्लिक करना है, फिर फर्दर डिटेल एंटर करनी है, ईमेल वगैरह, फिर नेक्स्ट ते क्लिक करना है, फिर वो एक्टिवेटिंग द लाइसेंस सर्वर करेगा जो इंटरनेट चलता होया, ठीक है जी, फिर एक नवी विंडो खुलेगी, ठीक है जी, कैंसल कर देना है, तो तुसी डिटेल्स देख सकते हो, लाइसेंस दी डिटेल्स, एक्टिवेशन स्टेटड एक्टिवेटेड, आल सर्विसेज ते जो क्लिक करोगे, हुण उस तो बाद आर डी सैशन होस्ट एंड कॉन्फिगरेशन ते क्लिक करना है, ठीक है जी। हुण असी रिमोट डेस्कटॉप लाइसेंसिंग सर्वर नॉट स्पेसीफाइड है जिहड़ी ये ऑप्शन, इनू सैट करना है, डबल क्लिक करांगे तो खुल जूगा, एक नवी विंडो खुलूगी, ठीक है जी, इस विच पर यूज़र ते क्लिक करना है, फिर ऐड ते क्लिक करना है, अप्लाई करो, ऐड ते क्लिक करो,
फिर इधरों फिर सर्वर का ना चुनना है, फिर ऐड ते क्लिक करना है, फिर ओके ते क्लिक करना है, फिर अप्लाई ते क्लिक करना है, फिर ओके ते क्लिक करो। ठीक है जी, कॉन्फिगरेशन सेट हो गई सिस्टम रजिस्ट्री की। वो कहता थोड़ा टर्मीनल ऑन है, इसलिए जिहड़ियां चेंजेस ने वो बाद च रिफलैक्ट होणगियां। ठीक है जी, नाउ द यूजर सैशंस नाउ एक्टिव ऑन द वीस्पेस कनैक्शन विल नॉट बी चेंज्ड। ठीक है जी, हुण अपना पर यूजर ते स्पेसीफाइड आ गया, ऑल डन, आपां सर्वर सैट कर लिया। ठीक है जी, रिमोट डेस्कटॉप लाइसेंसिंग मोड पर यूजर, रिमोट डेस्कटॉप लाइसेंसिंग, सारा कुछ अपना ओके है, स्पेसीफाइड हो गया। यस यस यस, इन्ना कु काम सीगा। हुण आपां वीस्पेस दा जिहड़ा सॉफ्टवेयर इंस्टॉल किया सर्वर ते उहनूं रजिस्टर करांगे। वैसे तो अपने आप जो थोड़ा इंटरनेट चलता होगा तो बैकग्राउंड हो जाता जिमें होया होया, पर मैं तुम्हें दिखा दिना। नैक्सट पर क्लिक करो, रजिस्टर वीस्पेस सर्वर सॉफ्टवेयर, नैक्सट पर क्लिक करो, थोड़ी जो डिटेल भरी होगी उसे क्लिक करो। देखो इतने लिखा ऑलरेडी रजिस्टर, सो नैक्सट पर क्लिक करो, ऑलरेडी रजिस्टर्ड है, इंटरनेट चलता होना चाहिए। ठीक है जी, सो मेरा तो इतने ऑलरेडी रजिस्टर, सो देर इज़ नथिंग टू रजिस्टर, पर तुहाडे इह जिहड़ी विंडो है सक्सैसफुली दा मैसेज दूगी रजिस्टर करन तो बाद। ठीक है जी, सो फिनिश ते क्लिक करो, तुहाडा ही रजिस्टर होगा जे इंटरनेट चलता होगा। हुण असीं ऑटो लॉगिन करांगे, ऑटो लॉगिन इनेबल करांगे एन कंप्यूटिंग दे कंसोल ते। राइट क्लिक करो, जिहड़ा आईकॉन है ट्रे आईकॉन च, फिर टर्मिनल्स ते जाओ, फिर एक्स सीरीज दे प्लस नू एक्सपेंड करो, फिर कार्ड नू एक्सपेंड करो, फिर स्टेशन वन जिन्ने भी स्टेशन ने बारी बारी राइट क्लिक करके स्टेशन सैटिंग्स इनेबल ऑटो लॉगिन। इथे यूजर नेम भरो U1, जिदा ये 6 दे 6 यूजर्स दे लई तुसीं वारी वारी रिपीट करना है। उधरों टर्मिनल जिहड़े हैगे ने स्टेशन ने जिहड़े वो चेंज करी जाने है। नम लॉक नू ऑन कर दो, ठीक है, स्क्रीन ऑफ होवे कि नहीं होवे नैवर कर दो, ओके ते क्लिक कर दो। ये सारे स्टैप वारी वारी हरेक यूजर लई रिपीट करने ने। जिदा आपां 5 यूजर बनाया तां U1 U2 U3 अलग अलग, जिदा स्टेशन 2 ते, फिर स्टेशन 3 ते, फिर स्टेशन 4 ते, फिर स्टेशन 5 ते। ठीक है, स्टॉप करो सैशन जे तुहाडा चल रहा है। ठीक है, दोबारा स्टार्ट करो। हुण जदों दोबारा स्टार्ट करोगे तां तुहानूं लॉगिन करन दी लोड़ नहीं। जदों तुसीं अपना मेन CPU ऑन करोगे तां एन कंप्यूटिंग वाले जिहड़े यूजर ने वो अपने आप स्क्रीनस ते लॉगिन हो जाणगे।